ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੀ ਅਤੁੱਲ ਸਾਥ ਨੂੰ ਸਮਰਪਿਤ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਅੱਜ ਤੋਂ 3 ਦਿਨਾਂ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਚੁੱਕਿਆ। ਇਸ ਦੇ ਮੱਦੇਨਜ਼ਰ ਪੰਜਾਬ ਭਰ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ 3 ਦਿਨ ਲੰਗਰ ਲਗਾਏ ਜਾ ਰਹੇ ਨੇ, ਪਰ ਮਹਿੰਗਾਈ ਦੀ ਮਾਰ ਨੇ ਇਸ ਵਾਰ ਲੰਗਰਾਂ ਉੱਤੇ ਵੀ ਕਾਫੀ ਅਸਰ ਪਾਇਆ। ਜੇਕਰ ਨਾਭਾ ਦੀ ਸਬਜ਼ੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਸਬਜ਼ੀ ਦੀ ਮਹਿੰਗਾਈ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ। ਜਿਹੜਾ ਪਿਆਜ਼ 30 ਰੁਪਏ ਕਿਲੋ ਸੀ ਉਸਦਾ ਰੇਟ 130 ਰੁਪਏ ਕਿਲੋ ਹੋ ਚੁੱਕਿਆ। ਲੰਗਰ ਲਈ ਸਬਜ਼ੀ ਖਰੀਦਣਾ ਸ਼ਰਧਾਲੂਆਂ ਦਾ ਕਹਿਣਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪਿਆਜ਼ ਦੀਆਂ ਕੀਮਤਾਂ ਉੱਤੇ ਨੱਥ ਪਾਉਣ 'ਚ ਨਾਕਾਮਯਾਬ ਸਾਬਤ ਹੋਈ ਹੈ, ਜਿਸ ਕਾਰਨ ਉਹਨਾਂ ਨੂੰ ਕਾਫੀ ਤਕਲੀਫ ਹੋ ਰਹੀ ਹੈ। ਇਸ ਵਾਰੀ ਮਹਿੰਗਾਈ ਹੈ ਜੀ, ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਪਿਆਜ਼ ਹੈ, ਮਟਰ ਹੈ, ਗੋਭੀ ਹੈ, ਆਲੂ ਹੈ, ਇਹ ਚੀਜ਼ਾਂ ਦੀ ਵਰਤੋਂ ਲੰਗਰ ਦੇ ਵਿੱਚ ਹੁੰਦੀ ਹੈ ਅਤੇ ਇਹ ਅੱਜ ਬਹੁਤ ਜ਼ਿਆਦਾ ਮਹਿੰਗੀਆਂ ਨੇ। ਪਿਆਜ਼ ਅੱਜ ਵੀ ਜਿਹੜਾ ਹੈਗਾ 120-125 ਰੁਪਈਏ ਕਿਲੋ ਜਿਹੜਾ ਹੈਗਾ ਮੰਡੀ ਦੇ ਵਿੱਚ ਵਿਕ ਰਿਹਾ, 95-100 ਰੁਪਈਏ ਕਿਲੋ ਜਿਹੜਾ ਹੈਗਾ ਉਹ ਹੋਲਸੇਲ ਰੇਟ 'ਤੇ ਵਿਕਿਆ। ਅਤੇ ਹਰ ਸਾਲ ਲੰਗਰ ਜਿਹੜੇ ਨੇ ਲੋਕ ਵਿਚਾਰੇ ਲਾਉਂਦੇ ਨੇ, ਬਹੁਤ ਜ਼ਿਆਦਾ ਲੰਗਰ ਲੱਗਦੇ ਨੇ। ਅਤੇ ਅੱਜ ਤੋਂ 26-27-28 3 ਦਿਨ ਇਹ ਜੋੜ ਮੇਲਾ ਅੱਜ ਤੋਂ ਸਟਾਰਟ ਹੋ ਗਿਆ ਅਤੇ ਅੱਜ ਤੋਂ ਲੰਗਰ ਲੱਗਣੇ ਸ਼ੁਰੂ ਹੋ ਜਾਣੇ ਨੇ। ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਹਿਲਾਂ ਦੇ ਮੁਕਾਬਲੇ ਜਿਹੜੇ ਹੈਗੇ ਲੰਗਰ ਜਿਹੜੇ ਨੇ ਉਹ ਘੱਟ ਗਏ ਨੇ, ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਹੈ। ਪਿਆਜ਼ ਜਿਹੜਾ ਹੈਗਾ ਉਹ 100 ਤੋਂ ਪਾਰ ਹੈ, ਔਰ ਮਟਰ ਵੀ ਜਿਹੜਾ ਅੱਗੇ 5-10 ਰੁਪਈਏ ਹੁੰਦਾ ਸੀਗਾ ਇਹਨਾਂ ਆਪਣਾ ਦਿਨਾਂ ਦੇ ਵਿੱਚ, ਉਹ ਵੀ ਅੱਜ 30-20 ਰੁਪਈਏ ਜਿਹੜਾ ਗੋਭੀ ਵਿਕ ਰਹੀ ਹੈ ਜੀ। ਆਲੂ ਜਿਹੜਾ ਹੈਗਾ ਉਹ 20-25 ਰੁਪਈਏ ਕਿਲੋ ਵਿਕ ਰਿਹਾ ਵੀ, ਇਸ ਕਰਕੇ ਲੋਕਾਂ ਦੇ ਵਿੱਚ ਜਿਹੜੀ ਆਪਣਾ ਬਹੁਤ ਜ਼ਿਆਦਾ ਲੋਕ ਤਕਲੀਫ ਮਹਿਸੂਸ ਕਰ ਰਹੇ ਨੇ ਵੀ ਜਿਹੜਾ ਅੱਗੇ ਖੁੱਲ੍ਹ ਕੇ ਲੰਗਰ ਲਾਉਂਦੇ ਸੀਗੇ, ਇਸ ਵਾਰ ਜਿਹੜਾ ਹੈਗਾ ਕਈਆਂ ਨੇ ਤਾਂ ਲੰਗਰ ਬੰਦ ਹੀ ਕਰਤੇ। ਸਬਜ਼ੀਆਂ ਦੀ ਮਹਿੰਗਾਈ ਨੇ ਜਿੱਥੇ ਆਮ ਲੋਕਾਂ ਦਾ ਸਵਾਦ ਕਿਰਕਿਰਾ ਕਰ ਦਿੱਤਾ, ਉੱਥੇ ਹੀ ਲੰਗਰਾਂ ਉੱਤੇ ਪਾਇਆ ਅਸਰ ਕਾਰਨ ਸ਼ਰਧਾਲੂ ਸਰਕਾਰਾਂ ਦੀ ਨਾਕਾਮੀ ਖਿਲਾਫ ਗੁੱਸਾ ਪ੍ਰਗਟਾਉਣ ਨੂੰ ਮਜਬੂਰ ਨੇ। ਨਾਭਾ ਤੋਂ ਜਗਨਾਰ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।